एक दिन करने शिकार शिकारी बारे दरिया आदरख्ते कड़े दी छावे उसने डेरा लाया नारे बाजे हवायों उड़दा नारे बाजे हवायों उड़दा आ बैठा उस रुख ते तमालोड़े मास न छोड़े आया जालिम भुख ते हेठ शिकारी बाजी उते सी हेठ शिकारी बाजी उते सी विच बैठी किकुगी दुश्मन वेखी कहे अज मैं भी चोग अजल दी चूगी हेठो शिस्ती शिकारी जोड़े शिकारी जोड़े ते तीर कुगी रुलावा हेठो शिस्ती शिकारी जोड़े तीर कुगी रुलावा उतों बाजी तके जे ओडे पकड़ शिता भी खावा कुगी जदों उनावर डिठा जी कुगी जदों उनावर डिठा कर दी फिकिर गनेला कहदी रब्बा क्यों कर रखसे बचन नहीं हुन मेरा बैठ रहा था शिस्त बराबरी बैठ रहा था शिस्त बराबरी मारे तीर शिकारी जे उड़ाता बाज पकड़ सी हर पासों में मारी तीर लगने विची देर न कोई तीर लगने विची देर न कोई कुछ तदबीर न चल दी आही कड़ी अजल दी ए हो विच तकदीर अजल दी जा रब रखने उते होया जा रब रखने उते होया की सबब बनाया कुगी वाली शिकारी तकदा शिस्त ध्यान बढ़ाया पिछों नाग चलाए उसनू जी पिछों नाग चलाए उसनू दंद अरूद दहर दे तीर छुटा ओ लगा बादे दोए दुश्मन मर दे कुगी बैठी रही उठाई कुगी बैठी रही उठाई चंगी पली न रोई मरन वाले मोए मुहम्मद कुदरत रब दी होई मरन वाले मोए मुहम्मद कुदरत रब दी होई। हज़रत मियां मोहम्मद बख्श रहमतुल्लाह ताला अलैह ने यह जो वाकया बयान किया है ना ये ला महला कुगी जड़े पाकिस्तान के पिंड के लोग रहने वाले वह परिंदे जानते हैं ठीक है तो बाज का भी उन्होंने पता कि बाज की चपट कितनी होंगी है रफ्तार वाली तो सप्प का भी उन्होंने पता है नाग का भी उन्होंने पता है भी वह अगर बंदे डस लवे या लड़ लवे लड़ जाए तो बिल्कुल बंदा ख़त्म भी हो सकता तो यह वाकया मियां साहब ने बयान जिहड़ा कीता इस वास्ते कीता है कि अल्लाह तबारक तआला दी कुदरत दा इजहार होना कीता फिर रब तआला जे रखे तो फिर उसनू कोई मार नहीं सकता जिहड़े अशआर तुसां सुने ने वह फरमांदे ने कि शिकारी कोई जंगल विच गया शिकार करन वास्ते तो कोई बड़ा गूढ़ा जिहा दरख्त जिहदी छां बड़ी सी
ਉਹਦੇ ਥੱਲੇ ਜਾ ਕੇ ਉਸਨੇ ਆਪਣਾ ਡੇਰਾ ਲਾ ਲਿਆ। ਥੋੜ੍ਹਾ ਜਿਹਾ ਮੈਂ ਆਰਾਮ ਕਰਕੇ ਅਤੇ ਫਿਰ ਅੱਗੇ ਚੱਲਾਂਗੇ। ਅਤੇ ਜਿਸ ਵੇਲੇ ਉਸ ਦਰਖਤ ਦੇ ਥੱਲੇ ਉਸਨੇ ਡੇਰਾ ਲਾਇਆ ਅਤੇ ਪਰਿੰਦਾ ਜਿਹੜਾ ਬਾਜ਼ ਹੈ ਉਹ ਵੀ ਜਨਾਬ ਉੱਡਦਾ ਉੱਡਦਾ ਉਸ ਦਰਖਤ ਦੇ ਉੱਤੇ ਆਇਆ ਅਤੇ ਥੱਲੇ ਉਹ ਸ਼ਿਕਾਰੀ ਸੀ ਜਿਹਦੇ ਕੋਲ ਤੀਰ ਵੀ ਹੈ ਸੀ ਅਤੇ ਹੋਰ ਵੀ ਉਹਦੇ ਕੋਲ ਸ਼ਿਕਾਰ ਕਰਨ ਵਾਲੇ ਹਥਿਆਰ ਹੈ ਸਨ। ਅਤੇ ਉਸ ਦਰਖਤ ਉੱਤੇ ਇੱਕ ਘੁੱਗੀ ਉਹ ਜਿਹੜਾ ਪਰਿੰਦਾ ਹੈ ਉਹ ਵੀ ਬੈਠੀ ਸੀ। ਥੱਲੋਂ ਸ਼ਿਕਾਰੀ ਨੇ ਵੀ ਉਹ ਘੁੱਗੀ ਵੇਖ ਲਈ ਅਤੇ ਉੱਤੋਂ ਬਾਜ਼ ਨੇ ਵੀ ਉਹ ਘੁੱਗੀ ਵੇਖ ਲਈ। ਬਾਜ਼ ਉੱਤੇ ਉੱਤੇ ਉੱਡ ਰਿਹਾ ਸੀ, ਉਹਦੀ ਇਹ ਸੀ ਵੀ ਕਿਸ ਵੇਲੇ ਘੁੱਗੀ ਉੱਡੇ ਅਤੇ ਮੈਂ ਇਸ ਨੂੰ ਪਕੜਾਂ। ਅਤੇ ਸ਼ਿਕਾਰੀ ਜਿਹੜਾ ਸੀ ਉਹ ਇਹ ਚਾਹੁੰਦਾ ਸੀ ਵੀ ਮੈਂ ਇਸ ਨੂੰ ਐਸਾ ਤੀਰ ਨਿਸ਼ਾਨੇ 'ਤੇ ਮਾਰਾਂ ਵੀ ਇਹ ਮੈਨੂੰ ਮਿਲ ਜਾਏ, ਅਤੇ ਬਾਜ਼ ਕਹਿੰਦਾ ਸੀ ਇਹ ਮੈਨੂੰ ਮਿਲ ਜਾਏ। ਅਤੇ ਜਿਸ ਵੇਲੇ ਇਸ ਦੋਨਾਂ ਦੁਸ਼ਮਣਾਂ ਨੂੰ ਉਸ ਘੁੱਗੀ ਨੇ ਵੇਖਿਆ, ਨੁਮਾਣੀ ਹੀਣੀ ਮਾੜੀ ਨੇ, ਅਤੇ ਉਸਨੇ ਰੱਬ ਦੀ ਬਾਰਗਾਹ 'ਚ ਦਰਖਾਸਤ ਕੀਤੀ ਵੀ ਯਾ ਅੱਲਾ ਦੋ ਦੁਸ਼ਮਣ ਮੇਰੇ ਸਿਰ ਚੜ ਗਏ, ਕਿਆ ਇੱਥੋਂ ਤੂੰ ਮੈਨੂੰ ਮਹਿਫੂਜ਼ ਕਰੇਗਾ? ਯਾਨੀ ਦਿਲ ਦੇ ਅੰਦਰ ਤੋਂ ਬੜੀ ਪਰੇਸ਼ਾਨ ਸੀ ਨਾ। ਰੱਬ ਤਬਾਰਕ ਵਤਾਲਾ ਨੂੰ ਜਿਹੜਾ ਵੀ ਬੰਦਾ ਯਾਦ ਕਰੇ, ਦੁਖੀ ਹਾਲਤ ਵਿੱਚ ਯਾਦ ਕਰੇ ਤਾਂ ਰੱਬ ਉਸ ਵੇਲੇ ਮਦਦ ਫਰਮਾਉਂਦਾ, ਔਰ ਖੁਸ਼ੀ ਵਿੱਚ ਵੀ ਬੰਦਾ ਰੱਬ ਨੂੰ ਯਾਦ ਕਰੇ ਤਾਂ ਰੱਬ ਔਰ ਰਾਜ਼ੀ ਹੁੰਦਾ। ਉਸ ਘੁੱਗੀ ਨੇ ਜਿਸ ਵੇਲੇ ਰੱਬ ਨੂੰ ਯਾਦ ਕੀਤਾ ਨਾ, ਅਤੇ ਰੱਬ ਤਬਾਰਕ ਵਤਾਲਾ ਦੀ ਰਹਿਮਤ ਜੋਸ਼ 'ਤੇ ਆਈ, ਇੱਕ ਸੱਪ ਨੂੰ ਹੁਕਮ ਫਰਮਾਇਆ ਕਿ ਇਹ ਜਿਹੜਾ ਸ਼ਿਕਾਰੀ ਹੈ ਨਾ ਥੱਲੇ, ਇਸ ਨੂੰ ਡੰਗ ਮਾਰਨਾ ਤੂੰ। ਜਿਸ ਵੇਲੇ ਉਸ ਸੱਪ ਨੇ ਉਸ ਸ਼ਿਕਾਰੀ ਨੂੰ ਮਾਰਿਆ ਨਾ ਡੰਗ, ਅਤੇ ਉਹ ਕੰਬਿਆ ਡਰਿਆ ਅਤੇ ਹੱਥੋਂ ਉਹਦੇ ਜਿਹੜਾ ਸੀ ਨਾ ਤੀਰ ਉਹ ਛੁੱਟ ਗਿਆ, ਕਿਉਂਕਿ ਨਿਸ਼ਾਨੇ ਨਾਲ ਉਹਨੇ ਮਾਰਿਆ ਨਹੀਂ ਸੀ। ਅਤੇ ਉਹ ਤੀਰ ਉੱਤੇ ਜਾ ਕੇ ਉਸੇ ਬਾਜ਼ ਨੂੰ ਲੱਗਿਆ ਜਿਹੜਾ ਉੱਡ ਰਿਹਾ ਸੀ ਵੀ ਕਦੋਂ ਘੁੱਗੀ ਉੱਡਦੀ ਹੈ ਅਤੇ ਮੈਂ ਇਸ ਨੂੰ ਪਕੜਾਂ। ਅਤੇ ਉਹ ਸੱਪ ਨੇ ਉਸ ਸ਼ਿਕਾਰੀ ਨੂੰ ਲੈ ਲਿਆ ਅਤੇ ਤੀਰ ਨੇ ਉਸ ਬਾਜ਼ ਨੂੰ ਲੈ ਲਿਆ, ਅਤੇ ਘੁੱਗੀ ਜਿਹੜੀ ਸੀ ਜਿਸ ਜਗ੍ਹਾ 'ਤੇ ਬੈਠੀ ਸੀ ਉਸੇ ਜਗ੍ਹਾ 'ਤੇ ਬੈਠੀ ਰਹੀ। ਇਨ ਅੱਲਾਹ ਅਲਾ ਕੁੱਲੀ ਸ਼ੈਇਨ ਕਦੀਰ, ਰੱਬ ਜਿਵੇਂ ਚਾਹੇ ਉਵੇਂ ਕਰ ਸਕਦਾ ਹੈ। ਅਤੇ ਹਮੇਸ਼ਾ ਹੀ ਬੰਦੇ ਨੂੰ ਰੱਬ ਤਬਾਰਕ ਵਤਾਲਾ ਦੀ ਕੁਦਰਤਾਂ 'ਤੇ ਯਕੀਨ ਹੋਣਾ ਚਾਹੀਦਾ ਹੈ। ਮਹਿਬੂਬੇ ਪਾਕ ਅਲੈਹਿ ਸਲਾਤੁ ਵਸਲਾਮ ਦੇ ਵਸੀਲੇ ਨਾਲ ਰੱਬ ਦੀ ਪਾਕ ਬਾਰਗਾਹ ਦੇ ਅੰਦਰ ਇਲਤਜਾਵਾਂ ਕਰਨੀਆਂ ਚਾਹੀਦੀਆਂ। ਜਿਵੇਂ ਰੱਬ ਘੁੱਗੀ ਨੂੰ ਬਚਾ ਸਕਦਾ ਹੈ, ਸਾਨੂੰ ਵੀ ਬੇਸ਼ੁਮਾਰ ਆਫਤਾਂ ਮੁਸੀਬਤਾਂ ਮੁਸ਼ਕਲਾਂ ਵਿੱਚੋਂ ਰੱਬ ਬਚਾ ਸਕਦਾ ਹੈ, ਅਗਰ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਵਸੀਲੇ ਦੇ ਨਾਲ ਰੱਬ ਦੀ ਬਾਰਗਾਹ ਦੇ ਅੰਦਰ ਇਲਤਜਾਵਾਂ ਪੇਸ਼ ਕੀਤੀਆਂ ਜਾਣ। ਔਰ ਖੁਸ਼ੀ ਗਮੀ ਦੇ ਅੰਦਰ ਹਮੇਸ਼ਾ ਹੀ ਅੱਲਾ ਤਬਾਰਕ ਵਤਾਲਾ ਨੂੰ ਯਾਦ ਕਰਨਾ ਚਾਹੀਦਾ ਹੈ। ਅੱਲਾ ਹਮੇਸ਼ਾ ਯਾਦ ਕਰਨ ਦੀ, ਆਪਣੀ ਯਾਦ ਦਿਲਾਉਣ ਦੀ ਸਾਨੂੰ ਤੌਫੀਕ ਅਤਾ ਫਰਮਾਏ। ਵਮਾ ਅਲੈਨਾ ਇਲਲ ਬਲਾਗੁਲ ਮੁਬੀਨ।